ਪੰਜਾਬੀ ਰੀਡਰ 682020 ਐਡੀਸ਼ਨ ਲੈਸਨ 10 which ਤੁਹਾਨੂੰ ਜੀ ਆਇਆਂ ਨੂੰ ਅੱਜ ਦਾ ਲੈਸਨ ਹੈਗਾ ਬੰਦੀ ਛੋੜ ਦਿਵਸਤੇ ਜਿੰਨੂੰ ਅਸੀਂ ਦਿਵਾਲੀ ਵੀ ਕਹਿੰਦੇ ਹਾਂ ਠੀਕ ਹੈ ਸਿੱਖ ਤਿਉਹਾਰ ਬੰਦੀ ਛੋੜ ਦਿਵਸ ਇਹਦੇ ਵਿੱਚ ਕਾਫੀ ਔਖੇ ਸ਼ਬਦ ਆਣਗੇ ਉਹਨਾਂ ਦੇ ਅਸੀਂ ਪਹਿਲੇ ਮਤਲਬ ਸਿੱਖਦੇ ਹਾਂ ਫਿਰ ਤੁਸੀਂ ਇਹ ਸ਼ਬਦ ਐਸ ਐਸ ਦੇ ਵਿੱਚ ਲੱਭ ਕੇ ਤੇ ਇਹਨਾਂ ਨੂੰ ਸਰਕਲ ਕਰੋਗੇ ਠੀਕ ਹੈ ਇੱਕੋ ਹੀ ਦਿਨ ਦਾ ਸੇਮ ਡੇ ਹਰਾ ਕੇ ਆਫਟਰ ਡੀਫੀਟਿੰਗ Bandi Chor Devas, day of liberation. Shakpaya created a doubt. Dehta Hiragya was stunned or surprised, kept looking. Beksur, innocent, not guilty. Joshnal enthusiastically. Vapasai returned. Manandehan celebrate. kita, decided. Reha released. Bandi. Or Kadi prisoner. Kalyan, segment or tassels. Bandichor, liberator. Palla, scarf. Anand, happiness, happiness that never ends. Kad, prison. Jande, decorated. Divas, day. De, patake, or patake, you can write with the kaka or firecrackers. Mehzu hoya, felt. Cultural note. Lord or God Ram was a prince in India who was exiled by his stepmother. He lived in a jungle with his wife, the Princess Sita. One day, she was abducted by King Ravan of a neighboring kingdom. Lord Ram had to fight King Ravan to rescue his wife. He returned to his kingdom after 14 years of exile. People celebrated his arrival, and that day is celebrated as Diwali in India. ਬੰਦੀ ਛੋੜ ਦਿਵਸ ਦੀਵਾਲੀ ਬੰਦੀ ਛੋੜ ਦਿਵਸ ਐਂਡ ਦੀਵਾਲੀ ਇੱਕੋ ਹੀ ਦਿਨ ਮਨਾਏ ਜਾਂਦੇ ਹਨ ਸੇਮ ਡੇ ਹੇਅਰ ਇਜ਼ ਗੁਰੂ ਹਰਗੋਬਿੰਦ ਜੀ ਹੇਅਰ ਆਰ ਦ 52 ਕਿੰਗਸ Who are holding on to his robe um on to his chola to get out of the prison and here are six waiting for guru ji to come back even the muslims were bowing to him ਇੰਡੀਆ ਵਿੱਚ ਹਿੰਦੂ ਦੀਵਾਲੀ ਮਨਾਉਂਦੇ ਹਨ ਕਿਉਂਕਿ ਉਹਨਾਂ ਦੇ ਭਗਵਾਨ ਰਾਮ ਉਸ ਦਿਨ ਰਾਜੇ ਰਾਮਨ ਨੂੰ ਲੜਾਈ ਵਿੱਚ ਹਰਾ ਕੇ ਵਾਪਸ ਆਏ ਸੀ ਸਿੱਖ ਇਸ ਲਈ ਬੰਦੀ ਛੋੜ ਦਿਵਸ ਮਨਾਉਂਦੇ ਹਨ ਕਿਉਂਕਿ ਇਸ ਦਿਨ ਮੁਗਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਗੋਬਿੰਦ ਜੀ ਨੂੰ ਕੈਦ ਵਿੱਚੋਂ ਰਿਹਾ ਕੀਤਾ ਮੀਨਸ ਰਿਲੀਜ਼ ਕੀਤਾ ਬਾਦਸ਼ਾਹ ਜਹਾਂਗੀਰ ਨੂੰ ਕੁਝ ਲੋਕਾਂ ਨੇ ਸ਼ੱਕ ਪਾਇਆ ਕਿ ਗੁਰੂ ਗੋਬਿੰਦ ਸਿੰਘ ਜੀ ਮੁਸਲਮਾਨਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਤਾਂ ਉਸਨੇ ਗੁਰੂ ਜੀ ਨੂੰ ਬੰਦੀ ਬਣਾ ਕੇ ਕੈਦ ਵਿੱਚ ਪਾਉਣ ਦਾ ਹੁਕਮ ਦਿੱਤਾ ਉਸੇ ਗਵਾਲੀਅਰ ਦੇ ਕਿਲੇ ਵਿੱਚ ਹਿੰਦੂ ਰਾਜੇ ਵੀ ਬੰਦੀ ਸਨ ਇੱਕ ਦਿਨ ਜਹਾਂਗੀਰ ਨੂੰ ਮਹਿਸੂਸ ਹੋਇਆ ਕਿ ਗੁਰੂ ਜੀ ਬੇਕਸੂਰ ਹਨ ਦੀਵਾਲੀ ਵਾਲੇ ਦਿਨ ਉਸਨੇ ਗੁਰੂ ਜੀ ਨੂੰ ਰਹਾ ਕਰਨ ਦਾ ਫੈਸਲਾ ਕੀਤਾ ਪਰ ਗੁਰੂ ਜੀ ਨੇ ਕਿਹਾ ਕਿ ਉਹ ਇੱਕ ਕਿਲੇ ਤੋਂ ਬਾਹਰ ਤਾਂ ਹੀ ਜਾਣਗੇ ਜੇਕਰ ਸਾਰੇ ਬੰਦੀ ਰਾਜੇ ਵੀ ਉਹਨਾਂ ਨਾਲ ਜਾਣ ਬਾਦਸ਼ਾਹ ਨੇ ਕਿਹਾ ਕਿ ਜਿੰਨੇ ਬੰਦੀ ਉਹਨਾਂ ਦਾ ਪੱਲਾ ਫੜ ਕੇ ਜਾ ਸਕਦੇ ਹਨ ਉਹਨੇ ਹੀ ਬੰਦੀ ਕਿਲੇ ਤੋਂ ਬਾਹਰ ਜਾ ਸਕਦੇ ਹਨ ਉੱਥੇ 52 ਰਾਜੇ ਇੱਕ ਬੰਦੀ ਸਨ ਬੰਦੀ ਮੀਨਸ ਪ੍ਰिजनर्स ਗੁਰੂ ਹਰਗੋਬਿੰਦ ਸਿੰਘ ਨੇ 52 ਕਲੀਆਂ ਵਾਲਾ ਸੈਗਮੈਂਟਸ ਵਾਲਾ ਚੋਲਾ ਬਣਵਾਇਆ ਸਾਰੇ ਰਾਜੇ ਉਹਨਾਂ ਦਾ ਪੱਲਾ ਫੜ ਕੇ ਬਾਹਰ ਆ ਗਏ ਬਾਦਸ਼ਾਹ ਦੇਖਦਾ ਹੀ ਰਹਿ ਗਿਆ ਇਸ ਲਈ ਗੁਰੂ ਜੀ ਨੂੰ ਬੰਦੀ ਛੋੜ ਦਤਾ ਕਿਹਾ ਜਾਂਦਾ ਹੈ ਅਤੇ ਸਿੱਖ ਦੀਵਾਲੀ ਵਾਲੇ ਦਿਨ ਨੂੰ ਬੰਦੀ ਛੋੜ ਦਿਵਸ ਕਹਿੰਦੇ ਹਨ ਜਦ ਗੁਰੂ ਜੀ ਅੰਮ੍ਰਿਤਸਰ ਪਹੁੰਚੇ ਤਾਂ ਸਿੱਖਾਂ ਨੇ ਸ੍ਰੀ ਹਰਮੰਦਰ ਸਾਹਿਬ ਵਿੱਚ ਦੀਵੇ ਬਾਲੇ ਹੁਣ ਵੀ ਅੰਮ੍ਰਿਤਸਰ ਵਿੱਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਬਹੁਤ ਜੋਸ਼ ਨਾਲ ਮਨਾਏ ਜਾਂਦੇ ਹਨ ਕਹਿੰਦੇ ਹਨ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੀ ਅੰਬਰਸਰ ਵੀ ਕਹਿੰਦੇ ਨੇ ਅੰਮ੍ਰਿਤਸਰ ਨੂੰ ਬੰਦੀ ਛੋੜ ਵਾਲੇ ਦਿਨ ਸਭ ਗੁਰਦੁਆਰੇ ਅਤੇ ਘਰ ਬੱਤੀਆਂ ਜਾਂ ਲਾਈਟਾਂ ਮੋਮਬੱਤੀਆਂ ਜਾਂ ਦੀਵਿਆਂ ਨਾਲ ਸਜਾਏ ਜਾਂਦੇ ਹਨ ਲੋਕ ਨਵੇਂ ਕੱਪੜੇ ਪਾਉਂਦੇ ਹਨ ਮਠਾਈਆਂ ਵੰਡਦੇ ਹਨ ਪਟਾਕੇ ਚਲਾਉਂਦੇ ਹਨ ਗੁਰਦੁਆਰਿਆਂ ਵਿੱਚ ਖਾਸ ਕੀਰਤਨ ਦਰਬਾਰ ਅਤੇ ਲੰਗਰ ਹੁੰਦੇ ਹਨ ਸਭ ਆਨੰਦ ਮਾਣਦੇ ਹਨ ਸੋ ਇਟ'ਸ ਅ ਲਿਟਲ ਬਿਟ ਲੌਂਗ ਐਸੇ ਇਟ'ਸ 295 ਵਰਡਸ ਬਟ ਇਫ ਯੂ ਆਰ ਰੀਡਿੰਗ 60-70 ਵਰਡਸ ਪਰ ਮਿੰਟ ਯੂਲ ਟੇਕ ਮੇਬੀ 5 ਮਿੰਟਸ ਟੂ ਰੀਡ ਇਟ ਠੀਕ ਹੈ So grammar point. Prefix be means without. Read the words, meanings and the sentences. Okay, so here are the words, meanings and here are the sentences. Be kasur, be means without, kasur means fault, without fault. Be ab, ab is bad habit, be, be ab means without a bad habit. Be swad, without taste or without manners. Bev without knowledge. Be without dignity or respect. Be without self respect. Now, be is without taste, not without manners. I think this is wrong here. We need to delete this. Sentences. Bev kuf means without knowledge. ਕਈ ਲੋਕ ਬੇਗੈਰਤ ਅਤੇ ਬੇਇੱਜ਼ਤ ਹੁੰਦੇ ਹਨ ਤਾਂ ਹੀ ਉਹ ਦੂਸਰਿਆਂ ਦੀ ਪੱਗ ਤੇ ਹੱਥ ਪਾਉਂਦੇ ਹਨ ਬੇਗੈਰਤ ਬੇਇੱਜ਼ਤ विदाਊਟ ਡਿਗਨਿਟੀ অর ਰਿਸਪੈਕਟ विदाਊਟ ਸੈਲਫ ਰਿਸਪੈਕਟ ਗੁਰੂ ਹਰਗੋਬਿੰਦ ਜੀ ਬੇਕਸੂਰ ਅਤੇ ਬੇਖੌਫ ਸਨ ਬੇਕਸੂਰ ਫਾਲਟਲੈਸ ਐਂਡ ਬੇਖੌਫ ਮੀਨਸ विदाਊਟ ਫੀਅਰ ਤਾਂ ਹੀ ਉਹ ਬਾਦਸ਼ਾਹ ਤੋਂ ਡਰਦੇ ਨਹੀਂ ਸਨ ਸੋਮਵਰ ਕਰਦਾ ਕੰਮ ਇਨ੍ਹਾਂ ਪ੍ਰਸ਼ਨਾਂ ਦੇ ਠੀਕ ਉੱਤਰ ਲਿਖੋ ਕਿਸ ਸ਼ਹਿਰ ਦੀ ਦੀਵਾਲੀ ਮਸ਼ਹੂਰ ਹੈ ਅੰਮ੍ਰਿਤਸਰ ਦੀ ਦੀਵਾਲੀ ਮਸ਼ਹੂਰ ਹੈ ਗੁਰੂ ਹਰਗੋਬਿੰਦ ਜੀ ਨੂੰ ਬੰਦੀ ਛੁੜਕਿਉ ਕਿਹਾ ਜਾਂਦਾ ਹੈ ਤੁਸੀਂ ਉਹਦੇ ਵਿੱਚ ਆਨਸਰ ਪੜੋਗੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਹਰਗੋਬਿੰਦ ਜੀ ਨੇ 52 ਰਾਜਿਆਂ ਨੂੰ ਬੰਦੀਆਂ ਬੰਦੀ ਰਾਜਿਆਂ ਨੂੰ ਰਿਹਾ ਕਰਵਾਇਆ ਸੀ ਇਸ ਕਰਕੇ ਉਹਨਾਂ ਨੂੰ ਬੰਦੀ ਛੋੜਕਿਆ ਜਾਂਦਾ ਹੈ ਗੁਰੂ ਹਰਗੋਬਿੰਦ ਜੀ ਦੇ ਨਾਲ-ਨਾਲ ਹੋਰ ਕੌਣ ਕੈਦ ਸਨ ਗੁਰੂ ਹਰਗੋਬਿੰਦ ਜੀ ਦੇ ਨਾਲ-ਨਾਲ 52 ਪਹਾੜੀ ਰਾਜੇ ਕੈਦ ਸਨ ਇਹਨਾਂ ਪ੍ਰਸ਼ਨਾਂ ਦੇ ਠੀਕ ਉੱਤਰ ਚੁਣੋ ਸਿੱਖ ਬੰਦੀ ਛੋੜ ਦਿਵਸ ਕਿਉਂ ਮਨਾਉਂਦੇ ਹਨ ਸੋ ਇਹ ਤਿੰਨ ਚੋਇਸਿਸ ਨੇ ਇਹਨਾਂ ਵਿੱਚੋਂ ਇੱਕ ਚੋਇਸ ਕਰੈਕਟ ਹੋਏਗੀ ਬੰਦੀ ਛੋੜ ਦਿਵਸ ਲੋਕ ਕਿਵੇਂ ਮਨਾਉਂਦੇ ਹਨ ਤਿੰਨ ਚੋਇਸਿਸ ਨੇ ਇਹਨਾਂ ਵਿੱਚੋਂ ਇੱਕ ਕਰੈਕਟ ਹੈ ਠੀਕ ਹੈ ਮੰਗਲਵਾਰ ਕਰਦਾ ਕੰਮ ਕਾਪੀ ਗੁਰਮੁਖੀ ਨੰਬਰਸ ਐਂਡ ਪੰਜਾਬੀ ਵਰਡਸ ਇਨ ਦ ਟੇਬਲ 141 ਐਂਡ ਥਿਸ ਇਜ਼ ਅ ਨੰਬਰ 142 143 144 एक सौ पताली एक सौ छियाली एक सौ संताली एक सौ एक सौ उन्जा एक सौ पाँ बुधवार करता काम ਟਾਈਮਰ ਸੈੱਟ ਕਰੋ ਇਹ ਲੇਖ ਪੜੋ ਕਿੰਨੇ ਮਿੰਟ ਲੱਗੇ ਮੈਮ 295 ਸ਼ਬਦ ਨੇ ਇਹਦੇ ਵਿੱਚ ਵੀਰਵਾਰ ਕਰਦਾ ਕੰਮ ਮੈਚ ਦਾ ਵਰਡਸ ਟੂ देयर मीनिंग्स ਸੋ ਹੀ ਰਟ ਦਾ ਵਰਡਸ ভোকਬਲਰੀ ਵਰਡ ਜਿਹੜੇ ਸੀ ਪੜੇ ਸੀ ਐਥੇ ਉਹਨਾਂ ਦੇ मीनिंग ਨੇ ਦੱਤ ਇੱਕੋ ਹੀ ਦਿਨ ਦਾ ਸੇਮ ਡੇ ਐਂਡ ਇਸ ਤਰ੍ਹਾਂ ਕਨੈਕਟ ਕਰੋਗੇ ਵੀਰਵਾਰੀ ਕਰ ਸਕਦੇ ਆ ਤੁਸੀਂ ਯੂਜ਼ ਥੀਸ ਵਰਡਸ ਇਨ ਸੈਂਟੈਂਸਸ ਦੇਖਦਾ ਹੀ ਜਾ ਗਿਆ ਬੇਕਸੂਰ ਇੱਕੋ ਹੀ ਦਿਨ ਠੀਕ ਹੈ ਐਂਡ ਦੈਟਸ ਇਟ ਦੇਸ ਲਾਟ ਆਫ ਨਿਊ ਲੈਂਗੁਏਜ ਹੇਅਰ ਲਾਟਸ ਆਫ ਨਿਊ ਇਨਫੋਰਮੇਸ਼ਨ ਤੇ ਬੰਦੀ ਛੁੱਟ ਦਿਵਸ ਆ ਵੀ ਰਿਹਾ ਆਪਣੇ ਵਾਸਤੇ ਅਸੀਂ ਦੀਵਾਲੀ ਬੜੀ ਧੂਮ-ਤਾਮ ਨਾਲ ਮਨਾਵਾਂਗੇ ਗੁਰਦੁਆਰਿਆਂ ਦੇ ਵਿੱਚ ਵੀ ਜਾਵਾਂਗੇ ਤੇ ਤੁਸੀਂ ਇੰਜੋਏ ਵੀ ਕਰਨਾ ਤੇ ਆਪਣੇ ਅੰਦਰੋਂ ਤੁਸੀਂ ਗਲਤ ਗੱਲਾਂ ਦਾ ਹਨੇਰਾ ਵੀ ਦੂਰ ਕਰਨਾ ਠੀਕ ਹੈ ਸੋ ਅਸੀਂ ਅਗਲੇ ਪਾਰਟ 'ਚ ਫਿਰ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ